ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਰ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਅੱਜ ਗੱਲ ਕਰਾਂਗੇ ਬਠਿੰਡਾ ਸੀਟ ਦੀ। ਬਠਿੰਡਾ ਸੀਟ ਜੋ ਕਿ ਇੱਕ ਹੌਟ ਸੀਟ ਮੰਨੀ ਜਾਂਦੀ ਹੈ, ਤਾਂ ਲੋਕ ਸਭਾ ਚੋਣਾਂ ਬੇਹੱਦ ਹੀ ਨਜ਼ਦੀਕ ਨੇ, ਤਾਂ ਹਰ ਇੱਕ ਪਾਰਟੀ ਪੂਰਾ ਜ਼ੋਰ ਲਗਾ ਰਹੀ ਹੈ ਲੋਕ ਸਭਾ ਚੋਣਾਂ ਜਿੱਤਣ ਦੇ ਲਈ। ਤਾਂ ਦੱਸ ਦਈਏ ਕਿ ਬਠਿੰਡਾ ਸੀਟ ਦੀ ਅੱਜ ਅਸੀਂ ਗੱਲਬਾਤ ਕਰਾਂਗੇ। ਬਠਿੰਡਾ ਸੀਟ ਦੇ ਵਿੱਚ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਜੋ ਕਿ ਬੀਤੇ ਦਿਨ ਹੀ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ, ਤਾਂ ਉਹਨਾਂ ਨੂੰ ਬੀਜੇਪੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ। ਉੱਥੇ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਲੋਂ ਜੀਤ ਮੋਹਿੰਦਰ ਨੂੰ ਜੋ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਬਠਿੰਡਾ ਤੋਂ, ਤੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਖੁੱਡੀਆ ਉਮੀਦਵਾਰ ਨੇ ਬਠਿੰਡਾ ਦੇ ਵਿੱਚ। ਉੱਥੇ ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ, ਉਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਬੀਤੇ ਦਿਨੀ ਕਿ ਜੇਕਰ ਉਹ ਲੋਕ ਸਭਾ ਦੀ ਚੋਣ ਲੜਨਗੇ ਤਾਂ ਬਠਿੰਡਾ ਸੀਟ ਤੋਂ ਹੀ ਲੜਨਗੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਕਿ ਗੜ੍ਹ ਮੰਨਿਆ ਜਾਂਦਾ ਹੈ ਬਠਿੰਡਾ ਜ਼ਿਲ੍ਹਾ, ਜਿਹੜਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਜੋ ਗੜ੍ਹ ਮੰਨਿਆ ਜਾਂਦਾ ਹੈ, ਜਿੱਥੋਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੱਡਾ ਦਾਅਵਾ ਕੀਤਾ ਕਿ ਉਹ ਲੋਕ ਸਭਾ ਚੋਣਾਂ ਬਠਿੰਡਾ ਸੀਟ ਤੋਂ ਹੀ ਲੜਨਗੇ। ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਹੜਾ ਉਮੀਦਵਾਰ ਬਠਿੰਡਾ ਸੀਟ ਤੋਂ ਬਾਜ਼ੀ ਮਾਰਦਾ ਹੈ ਅਤੇ ਕਿਸ ਨੂੰ ਜੋ ਕਿ ਵੱਧ ਵੋਟਾਂ ਹਾਸਲ ਹੁੰਦੀਆਂ ਨੇ ਅਤੇ ਕਿਸ ਮੁੱਦੇ ਤੇ ਜੋ ਕਿ ਵੋਟ ਪਵੇਗੀ। ਸੋ ਇਸੇ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਫੋਨ ਲਾਈਨ ਤੇ ਮੇਰੇ ਨਾਲ ਜੁੜ ਚੁੱਕੇ ਨੇ ਆਜ਼ਾਦੀ ਘੁਲਾਟੀਏ ਪਰਿਵਾਰ ਦੇ ਨਾਲ ਜੋ ਸੰਬੰਧਿਤ ਰੱਖਦੇ ਨੇ। ਪ੍ਰੀਤਮ ਸਰ, ਕੀ ਕਹਿਣਾ ਚਾਹੋਗੇ ਕਿ ਬਠਿੰਡਾ ਸੀਟ ਇੱਕ ਹੌਟ ਸੀਟ ਮੰਨੀ ਜਾਂਦੀ ਹੈ, ਤਾਂ ਕਿਹੜਾ ਉਮੀਦਵਾਰ ਜੋ ਕਿ ਬਾਜ਼ੀ ਮਾਰੇਗਾ? ਈਸ਼ਾ ਜੀ, ਮੇਰੇ ਵੱਲੋਂ ਸਮੁੱਚੇ ਚੜ੍ਹਦੀ ਕਲਾ ਟਾਈਮ ਟੀਮ ਦੇ ਸਰੋਤਿਆਂ ਨੂੰ ਪਿਆਰ ਭਰੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਕੀ ਲੱਗਦਾ ਸਰ, ਕਿਹੜਾ ਉਮੀਦਵਾਰ ਜੋ ਕਿ ਬਠਿੰਡਾ ਸੀਟ ਤੋਂ ਜਿੱਤ ਕੇ ਜੋ ਕਿ ਆਪਣੇ ਸਿਰ ਤਾਜ ਜੋ ਕਿ ਲਗਾਏਗਾ, ਖਿਤਾਬ ਹਾਸਲ ਕਰੇਗਾ? ਈਸ਼ਾ ਜੀ, ਬਠਿੰਡਾ ਸੀਟ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ, ਕਿਉਂਕਿ ਬਾਦਲ ਸਾਹਿਬ ਦਾ ਪਿੰਡ ਇਹਦੇ ਨੇੜੇ ਹੀ ਪੈਂਦਾ ਹੈ ਤੇ ਸ਼ੁਰੂ ਤੋਂ ਹੀ ਤਕਰੀਬਨ ਇਹ ਸੀਟ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਰਹੀ ਹੈ। ਪਿਛਲੇ ਤਿੰਨ ਸੈਸ਼ਨਾਂ ਦੇ ਵਿੱਚ ਇੱਥੋਂ ਹਰਸਿਮਰਤ ਕੌਰ ਬਾਦਲ ਚੋਣ ਜਿੱਤਦੇ ਰਹੇ ਨੇ ਤੇ ਪਿਛਲੀ ਚੋਣਾਂ ਦੇ ਸਮੇਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਰਾਜਾ ਬੜਿੰਗ ਨੇ ਇਲੈਕਸ਼ਨ ਲੜੀ ਸੀ। ਰਾਜਾ ਬੜਿੰਗ ਜਿਹੜਾ ਕਿ ਬਹੁਤ ਘੱਟ ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਸੀ, ਪਰ ਹੁਣ ਜਿਹੜੀ ਸਥਿਤੀ ਹੈ ਬਹੁਤ ਬਦਲੀ ਹੋਈ ਹੈ, ਹਾਲਾਤ ਬਦਲੇ ਹੋਏ ਨੇ, ਇੱਕ ਦਲ ਬਦਲੀ ਦਾ ਬੜਾ ਹੀ ਰੁਝਾਨ ਚੱਲਿਆ ਹੋਇਆ ਹੈ। ਜਿੱਦਾਂ ਪਹਿਲਾਂ ਕਹਿੰਦੇ ਸੀ ਦਲ ਬਦਲ ਨੂੰ ਲੋਕ ਮੂੰਹ ਨੀ ਸੀ ਲਾਉਂਦੇ ਹੁੰਦੇ, ਜਿਹੜਾ ਕੋਈ ਦਲ ਬਦਲ ਲੈਂਦਾ ਸੀ ਉਹਨੂੰ ਲੋਕ ਚੰਗਾ ਨਹੀਂ ਸਮਝਦੇ, ਉਹਨੂੰ ਦਲ ਬਦਲੂ ਕਹਿੰਦੇ ਹੁੰਦੇ ਸੀ, ਪਰ ਹੁਣ ਇਹ ਇੱਕ ਫੈਸ਼ਨ ਹੀ ਬਣ ਗਿਆ, ਇੱਕ ਰਿਵਾਜ਼ ਹੀ ਬਣ ਗਿਆ, ਹਰ ਬੰਦਾ ਪਾਰਟੀ ਦਾ ਕੋਈ ਵੀ ਪਾਰਟੀ ਹੋਵੇ ਚਾਹੇ ਉਹਦਾ ਦਲ ਬਦਲ ਦੇ ਉੱਤੇ ਆਏ ਹੋਏ ਨੇ। ਹੁਣ ਆਪਾਂ ਗੱਲ ਕਰਾਂਗੇ ਉੱਥੋਂ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ, ਜਿਹੜੇ ਕਿ ਸਵਰਗੀ ਭੁਪਿੰਦਰ ਸਿੰਘ ਆਈਐਸ ਜਿਹੜੇ ਪੀਪੀਸੀ ਦੇ ਚੇਅਰਮੈਨ ਵੀ ਰਹੇ ਨੇ, ਉਹਨਾਂ ਦੇ ਲੜਕੇ ਨੇ, ਬਹੁਤ ਅਮੀਰ ਘਰਾਣੇ ਨੂੰ ਸੰਬੰਧ ਰੱਖਦੇ ਨੇ, ਅੱਛੇ ਪੈਸੇ ਵਾਲੇ ਵੀ ਬੰਦੇ ਨੇ। ਉਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ, ਫਿਰ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਚਲੇ ਗਏ ਸੀਗੇ ਤੇ ਫਿਰ ਮੁੜ ਕੇ ਕੱਲ ਹੁਣ ਉਹਦਾ ਤੀਜਾ ਉਹਨਾਂ ਦਾ ਮਤਲਬ ਜਿਹੜਾ ਹੈਗਾ ਇਹ ਦਲ ਬਦਲੂ ਹੈ ਜਿਹੜਾ ਕਿ ਕਾਂਗਰਸ। ਕਿਉਂ ਉਹਨਾਂ ਦੇ ਵੱਲੋਂ ਬਾਰ ਬਾਰ ਪਾਰਟੀਆਂ ਬਦਲੀਆਂ ਗਈਆਂ, ਕਿਉਂ ਉਹ ਸੈਟੀਸਫਾਈ ਨਹੀਂ ਸੀ ਕਿਸੇ ਪਾਰਟੀ ਦੇ ਵਿੱਚ? ਬੇਟਾ ਜੀ, ਗੱਲ ਇਹ ਹੈ ਈਸ਼ਾ ਜੀ,
ਅੱਜ ਕੱਲ ਲੋਕਾਂ ਦੇ ਵਿੱਚ ਦੀਨ ਮਾਨ ਧਰਮ ਖਤਮ ਹੋ ਗਿਆ, ਸਿਰਫ ਕੁਰਸੀ ਉਹ ਕੁਰਸੀ ਨਜ਼ਰ ਆਉਂਦੀ। ਸਾਨੂੰ ਕੁਰਸੀ ਮਿਲਣੀ ਚਾਹੀਦੀ ਹੈ ਕਿਸੇ ਤਰੀਕੇ ਨਾਲ ਮਿਲੇ। ਲੋਕਾਂ ਦੇ ਨਾਲ ਇੱਕ ਵਿਸ਼ਵਾਸਘਾਤ ਹੁੰਦਾ ਜਦੋਂ ਕੋਈ ਬੰਦਾ ਜਿੱਤ ਕੇ ਕਿਸੇ ਪਾਰਟੀ ਵੱਲੋਂ ਚਲੇ ਜਾਂਦਾ, ਉਹ ਬਦਲਦਾ ਉਹਨਾਂ ਲੋਕਾਂ ਦੇ ਨਾਲ ਕੀ ਬੀਤਿਆ, ਜਿਹੜਾ ਪਿੰਡਾਂ ਵਿੱਚ ਦੁਸ਼ਮਣੀ ਪਾ ਲੈਂਦੇ ਨੇ, ਤੁਸੀਂ ਵੋਟ ਜੀ ਮੇਰੇ ਕੈਂਡੀਡੇਟ ਨੂੰ ਪਾਓ, ਉਹਨਾਂ ਦੀ ਲੜਾਈਆਂ ਹੋ ਜਾਣੀਆਂ, ਇੱਥੇ ਤੱਕ ਕਿ ਮਰਡਰ ਹੋ ਗਏ, ਜੇਲ੍ਹਾਂ ਚਲੇ ਜਾਂਦੇ ਨੇ, ਤਰੀਕਾ ਭੁਗਤ ਨੇ, ਪਰ ਇਹ ਲੀਡਰ ਸ਼ਾਮ ਨੂੰ ਇਕੱਠੇ ਹੋ ਕੇ ਆਪਣੇ ਪਿਆਲੇ ਖੜਕਾਉਂਦੇ ਨੇ, ਚਾਹ ਪੀਂਦੇ ਖਵਾਉਂਦੇ, ਇਹਨਾਂ ਨੂੰ ਕੋਈ ਫਰਕ ਨੀ ਪੈਂਦਾ। ਇਹ ਸਾਰੀ ਕੁਰਸੀ ਦੀ ਸਤਾ ਦੀ ਜਿਹੜੀ ਇਹ ਭੁੱਖ ਹੈ ਉਹ ਹੈ। ਇਸ ਕਰਕੇ ਸਾਰੇ ਲੀਡਰ ਕਿਸੇ ਵੀ ਪਾਰਟੀ ਦਾ ਹੈ, ਮੈਂ ਤਾਂ ਇਹੀ ਕਹੂੰਗਾ, ਸਿਰਫ ਉਹਨਾਂ ਦਾ ਦੀਨ ਮਾਨ ਧਰਮ ਕੁਰਸੀ ਹੈ, ਉਹਨਾਂ ਦਾ ਹੋਰ ਕੋਈ ਧਰਮ ਨੀ ਹੈਗਾ। ਤੇ ਇਸੇ ਤਰ੍ਹਾਂ ਬੀਜੇਪੀ ਵੱਲੋਂ ਉੱਥੇ ਪਰਮਪਾਲ ਕੌਰ ਸਿੱਧੂ, ਉਹ ਵੀ ਸਿੱਧੂ ਹੀ ਆਪਣੇ ਆਪ ਨੂੰ ਲਿਖਦੇ ਨੇ, ਹੈ ਲੇਕਿਨ ਉਹ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੇ, ਜਿਹੜੇ ਕਿ ਮਲੂਕਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਲੰਮੇ ਅਰਸੇ ਤੋਂ ਟਕਸਾਲੀ ਆਗੂ ਜੇ ਕਹਿ ਦਈਏ ਤਾਂ ਵੀ ਕੋਈ ਦੂਰ ਕਰਨੀ ਨਹੀਂ ਹੋਊਗੀ, ਉਹਨਾਂ ਦੀ ਨੂੰਹ ਨੇ। ਤੇ ਇਹਨਾਂ ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਪ੍ਰਮੋਸ਼ਨ ਕਰਕੇ ਇਹਨਾਂ ਨੂੰ IAS ਅਫਸਰ ਬਣਾਇਆ ਸੀ। ਇਹ ਅਕਾਲੀ ਸਰਕਾਰ ਦੇ ਸਮੇਂ ਹੀ ਬਣਾਇਆ ਸੀਗਾ। ਹੁਣ ਉਹਨਾਂ ਨੇ ਤਕਰੀਬਨ 10ਵੇਂ ਮਹੀਨੇ ਦੇ ਵਿੱਚ ਰਿਟਾਇਰਮੈਂਟ ਲੈਣੀ ਸੀ, ਪਰ ਉਹਨਾਂ ਨੇ ਅਗਾਊਂ ਰਿਟਾਇਰਮੈਂਟ ਲੈ ਲਈ, ਰਿਟਾਇਰਮੈਂਟ ਲੈ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ BJP ਨੇ ਮੈਦਾਨ ਦੇ ਵਿੱਚ ਉਤਾਰਿਆ। ਜਦੋਂ ਕਿ ਇਹਨਾਂ ਦੇ ਅਕਾਲੀ ਦਲ ਛੱਡ ਕੇ BJP ਸ਼ਾਮਲ ਹੋਣਾ ਸਿਕੰਦਰ ਸਾਹਿਬ ਸਿਕੰਦਰ ਮਲੂਕਾ ਨੂੰ ਬਹੁਤ ਵੱਡਾ ਧੱਕਾ ਲੱਗਿਆ। ਬਿਲਕੁਲ, ਅਗਲੇ ਕਹਿੰਦੇ ਵੀ ਤੁਸੀਂ ਐਡੇ ਵੱਡੇ ਲੀਡਰ ਹੋ, ਅਕਾਲੀ ਦਲ ਦੀ ਵੱਡੀ ਵੱਡੀ ਪੋਸਟਾਂ ਦੇ, ਤੁਹਾਡੇ ਕੋਲ ਆਪਣਾ ਪਰਿਵਾਰ ਹੀ ਨੀ ਕਾਬੂ ਹੁੰਦਾ, ਤੁਸੀਂ ਲੋਕਾਂ ਨੂੰ ਕੀ ਕਾਬੂ ਕਰੇ। ਇਹ ਲਈ ਉਹ ਨਿੰਮੋ ਝਾੜੇ ਹੋਏ ਨੇ। ਤੇ ਜਦੋਂ ਪੱਤਰਕਾਰ ਇਹਨਾਂ ਨੂੰ ਪੁੱਛਿਆ ਵੀ ਇਹ ਕੀ, ਉਹ ਕਹਿੰਦਾ ਅੱਜ ਕੱਲ ਬੱਚੇ ਆਪਣੀ ਮਰਜ਼ੀ ਕਰਦੇ ਨੇ, ਬੱਚੇ ਸਾਡੇ ਕਹੇ ਤੋਂ ਬਾਹਰ ਹੋ ਜਾਂਦੇ ਨੇ। ਇਹ ਦੱਸੋ ਜਦ ਤੁਸੀਂ ਆਪਣੇ ਬੱਚਿਆਂ ਨੂੰ ਇਹ ਇੰਨੀ ਆਪਣੇ ਹੱਥ ਚ ਕਰ ਸਕਦੇ, ਤੁਸੀਂ ਲੋਕਾਂ ਨੂੰ ਆਪਣੇ ਹੱਥ ਚ ਕਿਵੇਂ ਕਰੋਗੇ? ਇਹ ਜੋ ਹੁੰਦਾ ਸਾਰੀ ਰਲੀ ਮਿਲੀ ਗੱਲ ਹੁੰਦੀ ਹੈ, ਬਿਨਾਂ ਪਰਿਵਾਰ ਦੇ ਮੈਂਬਰ ਦੀ ਕੰਸੈਂਟ ਲਏ, ਬਿਨਾਂ ਸਲਾਹ ਕੋਈ ਨੀ ਜਾਂਦਾ। ਲੇਕਿਨ ਹੋਰ ਕਹਿਣ ਵਾਸਤੇ ਕੁਛ ਨੀ ਹੁੰਦਾ ਕਿ ਬੱਚੇ ਆਪਣੀ ਮਰਜ਼ੀ ਕਰਦੇ ਨੇ। ਦੂਜੀ ਗੱਲ ਈਸ਼ਾ ਜੀ, ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਵੀ ਹਰਸਿਮਰਤ ਕੌਰ ਬਾਦਲ, ਅਜੇ ਤੱਕ ਉਹਨਾਂ ਦਾ ਨਾਂ ਅਨਾਊਂਸ ਨਹੀਂ ਹੋਇਆ, ਬਾਕੀ ਸੀਟਾਂ ਹੋ ਗਈਆਂ ਸੀ। ਸ਼ਾਇਦ ਇਹ ਗੱਲ ਕਹਿੰਦੇ ਸੀ ਕਿ ਸਿਮਰਤ ਕੌਰ ਬਾਦਲ ਕਿਸੇ ਹੋਰ ਥਾਂ ਤੋਂ ਸੀਟ ਲੜਨਗੇ ਜਾਂ ਨਹੀਂ ਵੀ ਲੜਨਗੇ, ਹੋ ਸਕਦਾ ਨਾਲ ਲੜ, ਪਰ ਉਹਨਾਂ ਨੇ ਕਲੀਅਰ ਕਰਤਾ ਕਿ ਮੈਂ ਇਲੈਕਸ਼ਨ ਲੜਨੀ ਹੈ ਤਾਂ ਮੈਂ ਬਠਿੰਡਾ ਤੋਂ ਹੀ ਲੜਨੀ ਹੈ, ਕਿਉਂਕਿ ਮੇਰਾ ਉਹ ਆਪਣਾ ਇਲਾਕਾ ਜੰਪ ਇਲਾਕਾ, ਮੇਰੇ ਲੋਕਾਂ ਦੇ ਨਾਲ ਮੇਰਾ ਬਹੁਤ ਪਿਆਰ ਹੈ, ਹਰ ਖੁਸ਼ੀ ਗਮੀ ਦੇ ਵਿੱਚ ਉੱਥੇ ਜਾਂਦੀ ਹੈ, ਉੱਥੋਂ ਇਲੈਕਸ਼ਨ ਲੜਾਈ। ਅੱਗੇ ਬੇਟਾ ਈਸ਼ਾ ਜੀ, ਸ਼੍ਰੋਮਣੀ ਅਕਾਲੀ ਦਲ ਮਾਨ, ਮਾਨ ਨੇ ਵੀ ਆਪਣਾ ਬੰਦਾ ਖੜਾ ਕੀਤਾ ਲੱਖਾ ਸਿਧਾਣਾ, ਜਿਹੜਾ ਕਿ ਸੋਸ਼ਲ ਵਰਕਰ ਹੈ, ਪਹਿਲਾਂ ਗੈਂਗਸਟਰ ਹੁੰਦਾ ਸੀ, ਗੈਂਗਸਟਰ ਤੋਂ ਬਾਅਦ ਆਪਣੀ ਜ਼ਿੰਦਗੀ ਬਦਲ ਕੇ ਤੇ ਸਿਆਸਤ ਵਾਲੇ ਪਾਸੇ ਆਇਆ, ਲੋਕ ਸੇਵਾ ਵਾਲੇ ਪਾਸੇ ਆਇਆ, ਕਿਸਾਨ ਮੋਰਚੇ ਦੇ ਵਿੱਚ ਵੀ ਉਸਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਕਾਫੀ ਲੋਕਾਂ ਚ ਯੰਗ ਏਜਸ ਦੇ ਵਿੱਚ ਉਹਦੀ ਪਾਪੂਲਰਿਟੀ ਹੈ, ਉਹ ਮਾਨ ਸਾਹਿਬ ਨੇ ਉਹਨੂੰ ਮੈਦਾਨ ਉਤਾਰਿਆ। ਤੇ ਉੱਧਰ ਆਪਣੇ ਆਮ ਆਦਮੀ ਪਾਰਟੀ ਨੇ, ਆਮ ਆਦਮੀ ਪਾਰਟੀ ਨੇ ਸਰਦਾਰ ਗੁਰਮੀਤ ਸਿੰਘ ਖੁੜੀਆ, ਜਿਹੜੇ ਕਿ ਖੇਤੀਬਾੜੀ ਮੰਤਰੀ ਨੇ ਤੇ ਇਹਨਾਂ ਦੇ ਪਿਤਾ ਜੀ ਵੀ ਬਹੁਤ ਟਕਸਾਲੀ ਆਗੂ ਰਹੇ ਨੇ ਤੇ ਮੰਡੀ ਬੋਰਡ ਦੇ ਚੇਅਰਮੈਨ ਹੈ, ਇੰਨੇ ਸਿੰਪਲ ਸਧਾਰਨ ਬੰਦੇ, ਮੈਨੂੰ ਉਹਨਾਂ ਨੂੰ ਬਹੁਤ ਵਾਰ ਮਿਲਿਆ ਚੰਡੀਗੜ੍ਹ, ਅਸੀਂ ਇਕੱਠੇ ਹੁੰਦੇ ਸੀ, ਉਹ ਗੱਡੀ ਵੀ ਨੀ ਸੀ ਭਰਦੇ ਮੰਡੀ ਬੋਰਡ ਦੀ, ਚੇਅਰਮੈਨ ਹੁੰਦੇ ਗੱਡੀ ਵੀ ਨੀ ਭਰਦੇ ਤੇ ਨਾ ਹੀ ਸਰਕਾਰੀ ਵੈਨ, ਅਸੀਂ ਸੈਕਟਰ 15 ਦੇ ਵਿੱਚ ਉੱਪਰਲੀ ਮੰਜ਼ਿਲ ਦੇ ਉੱਤੇ ਉਹ ਰਹਿੰਦੇ, ਉਹ ਥੱਲੇ ਵਾਲੀ ਜਮੈਨ ਆ, ਬਹੁਤ ਸਿੰਪਲ ਸਾਧੇ ਬੰਦੇ ਸਨ। ਪਰ
ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਜਦੋਂ ਆਪਣਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲ ਕੁਛ ਏਰ ਫੇਰ ਹੋਇਆ ਤਾਂ ਉਹਨਾਂ ਦੀ ਥਾਂ ਤੇ ਕਿਸੇ ਹੋਰ ਬੰਦੇ ਨੂੰ ਨੋਮੀਨੇਟ ਕਰਨ ਦੀ ਜ਼ਰੂਰਤ ਹੈ। ਇਹਨਾਂ ਨੇ ਵਿਰੋਧ ਕੀਤਾ, ਉਹ ਵਿਰੋਧ ਕਰਨ ਤੋਂ ਬਾਅਦ ਇਹਨਾਂ ਦੀ ਸ਼ੱਕੀ ਹਾਲਤ ਦੇ ਵਿੱਚ ਲਾਸ਼ ਇੱਕ ਨਹਿਰ ਦੇ ਉੱਤੋਂ ਮਿਲੀ ਸੀ, ਜਿਹਦੇ ਦਾ ਅੱਜ ਤੱਕ ਨੀ ਪਤਾ ਲੱਗਿਆ ਕਿ ਉਹ ਕਿਸ ਤਰ੍ਹਾਂ ਮਰੇ ਨੇ, ਕੀ ਹੋਇਆ, ਕੀ ਵੱਢ ਰਿਹਾ ਜਾਂ ਕੁਦਰਤੀ ਮੌਤ ਹੋਈ ਹੈ। ਇਹ ਗੁਰਮੀਤ ਸਿੰਘ ਖੁੜੀਆ ਉਹਨਾਂ ਦੇ ਪੁੱਤਰ ਨੇ ਜੀ, ਤੇ ਇਹਨਾਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਉੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ, ਜਿਹਨਾਂ ਦਾ ਕੀ ਗੜ ਸੀ ਉੱਥੋਂ, ਉਹਨਾਂ ਨੂੰ ਹਰਾ ਕੇ ਉੱਥੋਂ ਇਹ ਜਿੱਤੇ ਨੇ। ਤੇ ਹੁਣ ਕੈਬਨਿਟ ਦੇ ਵਿੱਚ ਇਹ ਖੇਤੀਬਾੜੀ ਮੰਤਰੀ ਨੇ, ਇਹਦੇ ਉੱਤੇ ਪੱਤਾ ਉਹਨਾਂ ਖੇਡਿਆ ਗਿਆ। ਮੁਕਾਬਲਾ ਬਹੁਤ ਦਿਲਚਸਪ ਹੋਊਗਾ, ਸਾਰੀਆਂ ਹੀ ਹਸਤੀਆਂ ਤਕਰੀਬਨ ਆਪਣੇ ਆਪ ਨੂੰ ਕਹਿੰਦੀਆਂ ਕਹਾਉਂਦੀਆਂ ਨੇ, ਸਾਰੀਆਂ ਪਾਰਟੀਆਂ ਵੀ ਪੂਰਾ ਪੂਰਾ ਜ਼ੋਰ ਲਾਉਂਦੀਆਂ। ਤਾਂ ਹੁਣ ਕਿਸਦੇ ਆਸਾਰ ਲੱਗ ਰਹੇ ਨੇ ਕਿ ਕੌਣ ਜਿੱਤੇਗਾ ਬਠਿੰਡਾ ਸੀਟ ਤੋਂ? ਦੇਖੋ ਅਸਾਰ ਦਾ ਇਹ ਨੇ, ਹਰ ਸੀਟ ਦੀ ਆਪਣੀ ਆਪਣੀ ਪੋਜੀਸ਼ਨ ਹੈ। ਜਿਹੜੀ ਬਠਿੰਡਾ ਦੀ ਸੀਟ ਹੈਗੀ ਹੈ, ਇਹ ਸੀਟ ਦੇ ਵਿੱਚ ਮੁਕਾਬਲਾ ਜਿਹੜਾ ਹੈਗਾ ਉਹ ਕਾਂਗਰਸ ਦਾ ਅਤੇ ਖੁੜੀਆ ਸਾਹਿਬ ਦੇ ਜ਼ਿਆਦਾ ਅਸਾਰ ਨੇ, ਕਿਉਂਕਿ ਇੱਕ ਉਹਨਾਂ ਨੇ ਤਾਂ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ, ਲੋਕਾਂ ਨੇ ਜਾਣਾ ਵੀ ਸ਼ੁਰੂ ਕਰ ਦਿੱਤਾ ਹੈ, ਪਰ ਅਜੇ ਤੱਕ ਹਰਸਿਮਰਤ ਕੌਰ ਬਾਦਲ ਦਾ ਦਫ਼ਤਰੀ ਤੌਰ ਤੇ ਅਨਾਊਂਸ ਵੀ ਨਹੀਂ ਹੋਇਆ ਹੈਗਾ ਜੀ। ਅਨਾਊਂਸ ਜਿੰਨੀ ਲੇਟ ਅਨਾਊਂਸਮੈਂਟ ਹੁੰਦੀ ਹੈ ਉਹਨਾਂ ਲੇਟ ਵਰਕ ਹੁੰਦਾ, ਪਰ ਇਹ ਸਥਿਤੀ ਸਥਿਤੀ ਹੈ, ਇਹਦਾ ਕੁਛ ਨੀ ਕਹਿ ਸਕਦੇ ਹੈਗੇ ਕਿਸ ਟਾਈਮ ਕਿਹੜੀ ਸਥਿਤੀ ਬਦਲ ਜਾਂਦੀ। ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਫੁੱਟ ਪਈ ਹੋਈ ਹੈ ਬਹੁਤ ਜ਼ਿਆਦਾ ਜੀ, ਬਹੁਤ ਸਾਰੇ ਬੰਦੇ ਤਕਰੀਬਨ ਜਿਹੜੇ ਕੈਬਨਿਟ ਮੰਤਰੀ ਹੁੰਦੇ ਸੀ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ, ਤਕਰੀਬਨ 7-8 ਬੰਦੇ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਨੇ, ਤੇ ਇਸ ਕਰਕੇ ਜਿਹੜੀ ਲੜਾਈ ਹੈ ਬਹੁਤ ਹੀ ਤ੍ਰੰਗ ਲੜਾਈ ਹੋਊਗਾ। ਮੈਂ ਤਿੰਨਾਂ ਦੀ ਕਹੂੰਗਾ ਕਿ ਕਾਂਗਰਸ ਦੀ ਤੇ ਆਪ ਦੀ ਤੇ ਬੀਜੇਪੀ ਜੀ। ਤੇ ਉੱਥੇ ਤੁਹਾਨੂੰ ਨੀ ਲੱਗਦਾ ਪ੍ਰੀਤਮ ਸਰ ਕਿ ਕਾਂਗਰਸ ਦੀ ਜੋ ਕਿ ਪਾਰਟੀ ਵੱਲੋਂ ਇੱਕ ਰਾਜਾ ਵੜਿੰਗ ਨੂੰ ਐਲਾਨਿਆ ਜਾਣਾ ਸੀ ਉਮੀਦਵਾਰ, ਕਿਉਂਕਿ ਆਸਾਰ ਲੱਗ ਰਹੇ ਸੀ ਕਿ ਰਾਜਾ ਵੜਿੰਗ ਜਾਂ ਫਿਰ ਉਹਨਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਬਠਿੰਡਾ ਦੀ ਸੀਟ ਮਿਲੇਗੀ, ਬਠਿੰਡਾ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾਵੇਗਾ? ਈਸ਼ਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ, ਚਰਚਾ ਵੀ ਇਹੀ ਸੀ ਕਿ ਰਾਜਾ ਵੜਿੰਗ ਆਪਣੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੂੰ ਇਸ ਇਲੈਕਸ਼ਨ ਦੇ ਵਿੱਚ ਜ਼ਰੂਰ ਝੋਕਣਗੇ, ਪਰ ਇਹ ਫੈਸਲਾ ਇਹਨਾਂ ਨੇ ਕੋਸ਼ਿਸ਼ ਬਈ ਕੀਤੀ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਨੇ ਕੀਤੀ, ਪਰ ਜਿਹੜਾ ਫੈਸਲਾ ਸੀ ਉਹ ਦਿੱਲੀ ਹਾਈ ਕਮਾਂਡ ਦੇ ਹੱਥ ਹੁੰਦਾ, ਇੱਥੋਂ ਜੋ ਕੁਛ ਮਰਜ਼ੀ ਬਣਾ ਕੇ ਭੇਜਦੇ ਹਨ ਤੇ ਫੈਸਲਾ ਹਾਈ ਕਮਾਂਡ ਕਰਨਾ। ਜਿਹੜੇ ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ, ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੂੰ ਜਿਹੜੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਕਿ ਇਹਦੇ ਵਿੱਚ ਜੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਜਿਹੜਾ ਦੋ ਵਾਰ ਉੱਥੋਂ ਮੈਂਬਰ MLA ਵੀ ਰਹੇ ਨੇ ਤੇ ਰਸੂਖ ਵੀ ਚੰਗਾ ਤੇ ਉਹਨਾਂ ਦੇ ਨਾਲ ਕਾਂਗਰਸ ਦੀ ਵੋਟਾਂ ਵੀ ਆਉਣਗੀਆਂ ਤੇ ਅਕਾਲੀ ਦਲ ਦੇ ਵਿੱਚ ਕਾਂਗਰਸ ਦੀ ਵੋਟ ਤਾਂ ਆਉਣੀ ਆਉਣੀ ਹੈ, ਲੇਕਿਨ ਅਕਾਲੀ ਦਲ ਦੇ ਵਿੱਚ ਵੀ ਉਹ ਤਕੜਾ ਸੰਨ ਲਾਉਣਗੇ। ਉਧਰ ਸੰਨ ਲਾਉਣ ਵਾਸਤੇ ਹੀ ਅਕਾਲੀ ਦਲ ਨੂੰ ਪਰਮਪਾਲ ਕੌਰ ਸਿੱਧੂ ਜਿਹੜੀ ਉਹ ਆ ਚੁੱਕੇ ਨੇ। ਇਸ ਲਈ ਫੈਸਲ ਜਿਵੇਂ ਪਹਿਲਾਂ ਕਿਹਾ ਜਿਹੜਾ ਮੁਕਾਬਲਾ ਬੜਾ ਟ੍ਰੈਂਗਲ ਜਿਹਾ ਹੋਊਗਾ, ਬਹੁਤ ਥੋੜੀਆਂ ਵੋਟਾਂ ਦੇ ਫਰਕ ਦੇ ਨਾਲ ਹਾਰ ਜਿੱਤ ਹੋਊਗੀ। ਇਹ ਦੇਖੋ ਵੀ ਪ੍ਰਮਾਤਮਾ ਕਿਹਦੇ ਸਿਰ ਦੇ ਉੱਤੇ ਤਾਜ ਕਰਦਾ ਹੈ, ਲੇਕਿਨ ਟੱਕਰ ਬਹੁਤ ਤਕੜੀ ਹੋਵੇ, ਹੌਲੀ ਹੌਲੀ ਦਿਨ ਪਰ ਦਿਨ ਹਾਲਾਤ ਬਦਲਦੇ ਜਾਣਗੇ। ਆਪਾਂ ਅਗਲੇ ਪ੍ਰੋਗਰਾਮ ਵਿੱਚ ਬਿਲਕੁਲ ਕੁਛ ਨਾ ਕੁਛ ਸਥਿਤੀ ਨੂੰ ਬਿਲਕੁਲ ਸਾਫ਼ ਕਰਾਂਗੇ ਕਿ ਕਿਹੜਾ ਬੰਦਾ ਇਹ ਸੀਟ ਖੜ ਸਕਦਾ, ਕਿਹੜਾ ਅੱਗੇ ਜਾ ਰਿਹਾ, ਕਿਉਂਕਿ ਕਈ ਕੈਂਡੀਡੇਟਾਂ ਨੂੰ ਤਾਂ ਜਿਹੜੇ ਲੋਕ ਨੇ ਪਿੰਡਾਂ ਚ ਪੜ੍ਹ ਨੀ ਦਿੰਦੇ ਹੈਗੇ, ਖਾਸ ਕਰਕੇ ਬੀਜੇਪੀ ਨੂੰ।
ਬਿਲਕੁਲ, ਅੱਜ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਪਰਮਪਾਲ ਕੋਰਟ ਦਾ ਜੋ ਸਮਾਗਮ ਰੱਖਿਆ ਗਿਆ ਸੀ, ਰੈਲੀ ਸਮਾਗਮ, ਤਾਂ ਉਸਦਾ ਕਿਸਾਨਾਂ ਦੇ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਬ੍ਰੇਕਿੰਗ ਨਿਊਜ਼ ਆਈ ਹੈ ਫਿਲਹਾਲ, ਹੁਣੇ ਦੀ ਗੱਲ ਹੈ ਇਹ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਕਿ ਕਿਸਾਨਾਂ ਦੇ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਤੇ ਨਾਅਰੇਬਾਜ਼ੀ ਵੀ ਹੋਈ। ਕੀ ਲੱਗਦਾ ਫਿਰ ਇਸਦਾ ਅਸਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ? ਈਸ਼ਾ ਜੀ, ਬਿਲਕੁਲ 100% ਇਹਦਾ ਫਰਕ ਪਊਗਾ। ਵੇਖੋ, ਵੋਟਾਂ ਜ਼ਿਆਦਾ ਕਿਸਾਨਾਂ ਦੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਨੇ। ਕਿਸਾਨੀ 70% ਆਬਾਦੀ ਜਿਹੜੀ ਉਹ ਕਿਸਾਨੀ ਦੀ ਹੈ। ਹੁਣ ਕਿਸਾਨ ਪਿਛਲੇ 2-3 ਸਾਲ ਤੋਂ ਜਿਸ ਤਰ੍ਹਾਂ ਪਹਿਲਾਂ 1 ਸਾਲ ਦਿੱਲੀ ਦੇ ਕੈਦ ਤੇ ਬੈਠੇ ਰਹੇ, ਉੱਥੇ ਬੀਜੇਪੀ ਨੇ ਇਹਨਾਂ ਨੂੰ ਲਾਰੇ ਲਾ ਕੇ ਵੀ ਤੁਹਾਡੇ 3 ਕਾਲੇ ਕਾਨੂੰਨ ਵਾਪਸ ਕੀਤੇ, ਬਾਕੀ ਤੁਹਾਡੇ ਅਸੀਂ ਗਰੰਟੀ ਲੈਂਦੇ ਹਾਂ। ਲੇਕਿਨ ਉਹ ਕਹਿੰਦੇ ਸਾਧਾਂ ਦਾ, ਪੰਚਾਂ ਦਾ ਕਿਹਾ ਸਿਰ ਮੱਥੇ ਪੱਤਣਾ ਵਾਲਾ ਕੁਛ ਨੀ ਹੋਇਆ। ਉਸ ਤੋਂ ਤੰਗ ਆ ਕੇ ਇਹਨਾਂ ਨੇ ਦੁਬਾਰਾ ਇਹ ਮੋਰਚਾ ਜਿਹੜਾ ਸੀ ਉਹ ਸ਼ੁਰੂ ਕੀਤਾ ਸੀ 13 ਤਰੀਕ ਨੂੰ, ਪਿਛਲੇ ਫਰਵਰੀ ਨੂੰ। ਤੇ ਉਹ ਮੋਰਚੇ ਦੇ ਵਿੱਚ ਵੀ 7-8 ਜਾਨਾਂ ਜਾ ਚੁੱਕੀਆਂ ਨੇ। ਪਹਿਲੇ ਮੋਰਚੇ ਦੇ ਵੀ 750 ਜਾਨਾਂ ਜਾ ਚੁੱਕੀਆਂ ਨੇ। ਕਿਸਾਨ ਦੁਖੀ ਹੈ। ਕਿਸਾਨ ਇਹ ਗੱਲ ਕਹਿੰਦਾ, ਜੇ ਸਾਨੂੰ ਦਿੱਲੀ ਨੀ ਵੰਡ ਦਿੰਦੇ, ਅਸੀਂ ਦਿੱਲੀ ਵਾਲਿਆਂ ਨੂੰ ਕਿਉਂ ਇੱਥੇ ਵੰਡ ਦਈਏ ਆਪਣੇ ਪਿੰਡਾਂ ਦੇ ਵਿੱਚ? ਕਿਉਂ ਸਾਡਾ ਵੀ ਹੱਕ ਓਨਾ ਹੀ ਹੈ ਦਿੱਲੀ ਜਾਣ ਦਾ ਜਿੰਨਾ ਇਹ ਹੁਣ ਦਿੱਲੀ, ਕਿਉਂ ਇਲੈਕਸ਼ਨ ਹੈ ਦਿੱਲੀ ਦੀ, ਦਿੱਲੀ ਦੇ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰੀ ਚੋਣ ਹੋ ਰਹੀ ਹੈ। ਇਸ ਕਰਕੇ ਇਹ ਤਕਰਾਰ ਹੈਗਾ, ਇਹ ਅੜਿਆ ਹੋਇਆ, ਇਹਦੇ ਨਤੀਜੇ ਕੀ ਨਿਕਲਦੇ ਨੇ? ਮੈਂ ਤਾਂ ਇੱਕ ਗੱਲ ਪਰਮਾਤਮਾ ਦਾ ਸੱਚੇ ਪਾਤਸ਼ਾਹ ਪੰਜਾਬ 'ਚ ਸ਼ਾਂਤੀ ਰੱਖੇ, ਕੋਈ ਏਦਾਂ ਦੀ ਮਾੜੀ ਮਤਲਬ ਭਾਗੀ ਘਟਨਾ ਨਾ ਵਾਪਰੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੋ ਜਾਵੇ। ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਸਰ ਸਾਡੇ ਨਾਲ ਜੁੜਨ ਦੇ ਲਈ। ਬਹੁਤ ਧੰਨਵਾਦ ਈਸ਼ਾ ਜੀ, ਚੜ੍ਹਦੀ ਕਲਾ ਟਾਈਮ ਦੇ ਸਮੁੱਚੇ ਸਮਰਥਕਾਂ ਨੂੰ, ਸੋਚਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਫਤਿਹ, ਧੰਨਵਾਦ। ਨਜ਼ਰਾਂ ਸਭ ਦੀਆਂ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਲੋਕ ਸਭਾ ਚੋਣਾਂ ਕੌਣ ਜਿੱਤੇਗਾ। ਤਾਂ ਉੱਥੇ ਹੀ ਬਠਿੰਡਾ ਸੀਟ ਦੀ ਵੀ ਲਗਾਤਾਰ ਗੱਲਬਾਤ ਹੋ ਰਹੀ ਹੈ। ਬਠਿੰਡਾ ਸੀਟ ਤੋਂ ਵੀ ਲਗਾਤਾਰ ਜੋ ਕਿ ਲੋਕਾਂ ਨੇ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਨੇ, ਹਰ ਕੋਈ ਇੰਤਜ਼ਾਰ ਕਰ ਰਿਹਾ ਕਿ ਕਿਸ ਉਮੀਦਵਾਰ ਦੇ ਜੋ ਕਿ ਸਿਰ ਤੇ ਬਠਿੰਡਾ ਸੀਟ ਦਾ ਜੋ ਕਿ ਤਾਜ ਸਜੇਗਾ, ਬਠਿੰਡਾ ਸੀਟ ਤੋਂ ਕਿਹੜਾ ਉਮੀਦਵਾਰ ਬਾਜੀ ਮਾਰ ਸਕਦਾ ਹੈ, ਕਿਉਂਕਿ ਹਰਸਿਮਰਤ ਕੌਰ ਬਾਦਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ। ਅਜੇ ਤੱਕ ਉਹਨਾਂ ਦਾ ਕੋਈ ਐਲਾਨ ਨਹੀਂ ਹੋਇਆ ਕਿ ਉਹ ਬਠਿੰਡਾ ਤੋਂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਬਠਿੰਡਾ ਜ਼ਿਲ੍ਹਾ, ਕਿ ਉੱਥੋਂ ਉਹ ਚੋਣ ਲੜ ਸਕਦੇ ਨੇ। ਫਿਲਹਾਲ ਉਹਨਾਂ ਦੇ ਵੱਲੋਂ ਇੱਕ ਦਾਅਵਾ ਕੀਤਾ ਗਿਆ ਕਿ ਜੇਕਰ ਉਹ ਲੋਕ ਸਭਾ ਦੀਆਂ ਚੋਣਾਂ ਲੜਨਗੇ ਤਾਂ ਬਠਿੰਡਾ ਸੀਟ ਤੋਂ ਹੀ ਲੜਨਗੇ। ਉੱਧਰ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਜਿੱਦ ਮਹਿੰਦਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਅਤੇ ਉਧਰੀ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਪਰਮਪਾਲ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ। ਤਾਂ ਦੇਖਣਾ ਹੋਵੇਗਾ ਕਿ ਇਹਨਾਂ ਉਮੀਦਵਾਰਾਂ ਦੇ ਵਿੱਚੋਂ ਕਿਹੜਾ ਬਠਿੰਡਾ ਸੀਟ ਜੋ ਕਿ ਹਾਸਿਲ ਕਰੇਗਾ। ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ। ਤੁਹਾਨੂੰ ਲੱਗਦਾ ਹੈ, ਕੀ ਲੱਗਦਾ ਹੈ ਤੁਹਾਨੂੰ ਕਿ ਬਠਿੰਡਾ ਸੀਟ ਤੋਂ ਕਿਹੜਾ ਉਮੀਦਵਾਰ ਬਾਜ਼ੀ ਮਾਰ ਸਕਦਾ ਹੈ? ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ। ਧੰਨਵਾਦ।